ਸਰਦੁਲਗੜ੍ਹ ਵਾਰਡ ਸੀਗੇ, ਤੂੰ ਮੈਨੂੰ ਸਰਦੁਲਗੜ੍ਹ ਦੂਜੀ ਕਹੀ ਗਿਆ ਓਏ। ਹੈਲੋ ਲੈ ਵੀਰੇ, ਕਰਾਰੀ ਹੈ ਨੀ ਮੈਚ ਸ਼ੁਰੂ। ਮੇਰੀ ਬੇਨਤੀ ਤੇਰੇ ਪਾਸੇ ਕਰੇ, ਪਹਿਲਾ ਸੇਮੀ ਫਾਈਨਲ ਮੁਕਾਬਲੇ ਨਾ ਕਰੇ ਸ਼ੁਰੂ ਨਹੀਂ ਆ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਇੱਕ ਪਾਸੇ ਟੀਮ ਕਰੇ ਸ਼੍ਰੀ ਦਰਬਾਰ ਸਾਹਿਬ ਤਲਵੰਡੀ ਸਾਬੋ ਨੀ ਕਰੇ ਗਰਾਊਂਡ ਵਿੱਚ ਆ ਗਈ ਹੈ, ਦੂਸਰੇ ਪਾਸੇ ਟੀਮ ਰਣੀ ਕਰੇ ਸਰਦੂਲਗੜ੍ਹ ਦੀ ਖੇਡ ਮੈਦਾਨ ਦੇ ਵਿੱਚ ਖੇਡਦੀ ਪਹਿਲਾ ਸੇਮੀ ਫਾਈਨਲ ਜਿਹੜਾ ਕਰੇ ਗਰਾਊਂਡ ਦੇ ਵਿੱਚ ਤੇਰੇ ਪਾਸੇ ਕਰੇ ਖੇਡਿਆ ਜਾ ਰਿਹਾ ਹੈ। ਬਾਲ ਤੇ ਕਰੇ ਵੀਰ ਪ੍ਰਿਆ ਹੈਪੀ ਇਧਰ ਵੀ ਪਾਸੇ ਕਰੇ ਤਿਆਰ ਹੋ ਤਿਆਰ ਹੈ। ਐਲਈਡੀ ਦਾ ਕਰੇ ਜੇਤੂ ਖਿਡਾਰੀਆ ਮੁੰਡਾ ਵੀਰ ਪ੍ਰਿਆ ਮਾਸ਼ੇ ਦੇ ਪਿੰਡ ਦਾ, ਮਾਸ਼ੇ ਨੇ ਦੋ ਗੱਡੀਆਂ ਵਿੱਚ ਕੇ ਉਹਦੇ ਬਾਰੇ ਕਰਾਈ ਹੈ। ਇਹ ਕਰੇ ਕੁਲਦੀਪ ਗਿੱਲ ਦੇ ਪਿੰਡ ਦਾ ਮੁੰਡਾ, ਉਹਨੇ ਕਰੇ ਮੋਟਰਸਾਈਕਲ ਜਿੱਤਿਆ ਹੈ ਤੇ ਆਹ ਮੁੰਡੇ ਨੇ ਕਰੇ ਲੋਕਾਂ ਦੇ ਦਿਲ ਜਿੱਤੇ, ਜਿਹੜਾ ਵਾਰ ਪਾਉਂਦੇ ਨੇ ਕਰੇ ਤਿਆਰ ਹੈ। ਪਹਿਲੀ ਵਾਰ ਸਾਹਮਣੇ ਦੋ ਮੋਟਰਸਾਈਕਲਾਂ ਦਾ ਜੇਤੂ ਹੈ। ਇਹ ਆ ਕਰੇ ਤਲਵੰਡੀ ਵਾਲਾ ਸਲੀਮ ਨਵਾਬ ਇਕਬਾਲ ਖਾਨ ਦਾ ਪੁੱਤਰ ਦੇ ਰਹੇ ਪਾਸੇ ਪਹਿਲੀ ਵਾਰ ਤੇ ਹਰ ਕਰੇ ਛੇ ਉੱਡ ਗਿਆ। ਬਾ ਠੀਕ ਹੈ, ਵਿੱਚ ਵਿੱਚ ਹੀ ਕਰੂਗਾ ਬੋਲ ਤੇ ਜੀ। ਕਿੱਡੀ ਚੱਲ ਰਾਮ ਨਾਲ ਅੱਜ ਕੱਲ ਕਰੇ ਟ੍ਰੈਂਡਿੰਗ ਚ ਮੇਰੇ ਮਿੱਤਰੋ, ਦੌੜ ਸੀ ਵੱਡੇ ਵੱਡੇ ਕਾ ਭਰਾਵਾ ਗੱਲ ਕਰੇ ਟਕਾਣੇ ਨਾਲ ਪਾਈ ਆ ਵਾਹ ਨਾ ਕੁਛ ਤੇ ਕਰੇ ਤੇਰੇ ਪਾਸੇ ਸੀਰੀਅਸ ਨਹੀਂ ਮਾੜੇ ਆਏ ਹੋ ਜਾ ਬਾਈ ਅੰਪਾਇਰ ਕਦੇ ਸਾਡੇ ਵਾਲੀਆਂ ਤਕੜਾ ਖੇਡਿਆ ਹੈ, ਕਦੇ ਮੜੀਰਾ ਪਿੰਡ ਦੇ ਕਰੇ ਹੈਪੀ ਦੀ ਗੱਲ ਚੱਲੀ ਹੈ। ਲਾਗੇ ਕਰਕੇ ਮੜੀਰਾ ਨੇ ਚੁੱਪ ਕੀਤੀ ਪਿੰਡ, ਰਣਜੀਤ ਮਣੀ ਦਾ ਕਰੇ ਪਿੰਡ ਹੈ ਵੀ ਗੱਡੀ ਵਿੱਚ ਸੋਹਣੀਏ ਰਣਜੀਤ ਮਣੀ ਲਾਗੇ ਦੀ ਔਰ ਤੁਰਪੇ ਕੱਲੇ ਪੂਰਾ ਸ਼ਾਟ ਤਾਂ ਮਾਰ ਦੇ ਧਿਆਕੇ ਦੀ ਪ੍ਰਧਾਨਗੀ ਚ ਹੋ ਰਹੀਆਂ ਲੜਾਈਆਂ ਤੇ ਮਸਲੇ ਨਾਲ ਰਹਿ ਗਏ ਪੱਟਾਂ ਦੇ ਚੰਡੀਗੜ੍ਹ ਨੂੰ ਪੱਟਣਗੇ ਜੱਟੀਏ ਦੀ ਬੈਲੀ ਹੋ ਗਏ ਪੁੱਤ ਰਸਾਰੇ, ਚੰਡੀਗੜ੍ਹ ਨੂੰ ਪੱਟਣਗੇ ਜੱਟੀਏ ਦੀ ਬੈਲੀ ਹੋ ਗਏ ਪੁੱਤ ਰਸਾਰੇ। ਤਲਵੰਡੀ ਵਾਲਾ ਕਦੇ ਸਲੀਮ ਮੁੜ ਗਿਆ, ਗੋਪੀ ਆ ਗਿਆ ਕਦੇ ਤਲਵੰਡੀ ਦੀ ਧਰਤੀ ਦਾ ਖੇਡ ਦੇ ਮੈਦਾਨ ਦੇ ਵਿੱਚ ਉਧਰਲੇ ਪਾਸੇ ਡਾਈਆਂ ਦੇ ਕਹਿੰਦੇ ਇਲੈਕਟ੍ਰੋਨਿਕ ਸਕੂਟੀ ਦਾ ਰੇਤੂ ਵੜਿਆ ਬੁਰਜ ਕਰੇ ਕਾਪਰਾ ਕਦੇ ਭਾਈ ਰੂਪਾ ਕਦੇ ਬੁਰਜ ਗਿੱਲ ਕਦੇ ਕਦੇ ਦੁੱਲਿਆਲ ਪਿੰਡ ਉਸੇ ਇਲਾਕੇ ਦਾ ਜਿਹੜਾ ਕਦੇ ਪ੍ਰਸਿੱਧ ਹੈ ਮੇਰੇ ਮਿੱਤਰੋ ਗੁੰਡਾ ਰਾਪਰੇ ਫੂਲ ਦੇ ਕਦੇ ਇਲਾਕੇ ਤੋਂ ਇੱਕ ਸਕੂਟੀ ਦਾ ਕਿਹੜੇ ਰੇਤੂ ਵੜਿਆ ਜਿਹਨੇ ਇੱਕ ਸਕੋਰ ਆਪਣੇ ਟੀਮ ਦੇ ਲਈ ਜਿਹੜਾ ਕਦੇ ਜੋੜ ਦਿੱਤਾ ਹੈ। ਮੀਰਪੁਰੀਆ ਕਰੇ ਵਾਰ ਪੌਂਦੇ ਲਈ ਤਿਆਰ ਹੈ, ਮੀਰਪੁਰ ਦੀ ਟੀਮ ਵੀ ਕਰੇ 71 ਹਜ਼ਾਰ ਜਿੱਤੀ ਚੰਗੇਰੀਆਂ ਦਾ ਤੇ ਅੱਜ ਕੱਲ ਪੰਜਾਬ ਭਰ ਦੇ ਕਰੇ ਵੱਡੇ ਵੱਡੇ ਮੇਲੇ ਜਿੱਤ ਰਹੇ ਹੈ। ਉਸੇ ਨੂੰ ਇੰਦਾ ਕਹਿੰਦੇ ਕਿ ਮੇਨ ਬੋਲਰ ਹੈ, ਬੈਕ ਪਾਉਣਾ ਕਰੇ ਟੀਮ ਦੀ ਪਹਿਲੀ ਵਾਰ ਇਧਰਲੇ ਪਾਸੇ ਕਰੇ ਸੁਖੜ 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 ਆਓ ਕਰੇ ਤਲਵੰਡੀ ਦੀ ਧਰਤੀ ਦਾ ਇਧਰਲੇ ਪਾਸੇ ਕਦੇ ਹੈਪੀ ਵਾਰ ਪਾਉਂਦੇ ਨੇ ਕਦੇ ਫੇਰ ਜਿਹੜਾ ਕਦੇ ਤਿਆਰ ਹੋ ਤਿਆਰ ਆ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਲੱਗੀ ਪੂਰੀ ਆ ਵਿਕਟ ਦਾ ਕੋਈ ਪ੍ਰੈਸ਼ਰ ਨਹੀਂ ਟੀਮ ਤੇ ਵੇਖਦਾ। ਇਹ ਗੱਲ ਤੈਨੂੰ ਦੱਸਣ ਦੀ ਲੋੜ ਨਹੀਂ, ਮੁੰਡਾ ਉਸੇ ਅੰਦਾਜ਼ ਦੇ ਵਿੱਚ ਖੇਡ ਰਿਹਾ ਹੈ ਜਿੱਦਾਂ ਪਹਿਲਾਂ ਸ਼ੁਰੂ 'ਚ ਖੇਡ ਰਿਹਾ ਹੈ। ਲਾਓ ਸਾਹਮਣੇ ਇਧਰਲੇ ਪਾਸੇ ਸਲੀਮ ਦੀ ਵਿਕਟ ਦਾ ਕੋਈ ਪ੍ਰੈਸ਼ਰ ਨਹੀਂ ਤਲਵੰਡੀ ਤੇ, ਲਾਓ ਸਾਹਮਣੇ ਇਧਰਲੇ ਪਾਸੇ ਕਰੇ ਬਾਲ ਪਾਉਂਦੇ ਲਈ ਮੁੰਡਾ ਫੇਰ ਕਰੇ ਤਿਆਰ ਹੈ ਪਰ ਸੁਖੜ 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 ਆਓ ਕਹਿੰਦੇ ਤਲਵੰਡੀ ਵਾਲਾ ਜਿੱਤ ਗਏ ਤੇ ਚਾਰ ਪੰਜ ਮੇਲੇ ਖੇਡਾਂਗੇ ਸਿਆਲ ਦੇ ਇਸੇ ਖਰਚੇ ਦੇ ਨਾਲ ਬੱਲਾ ਲੱਗਣਗੀਆਂ ਟਕਾਣੇ। ਸੁਖਨ ਸੁਖਨ ਲਾਸਟ ਰਹਿ ਗਈ ਨਹੀਂ ਬੋਲਰ ਕਿਹੜਾ ਅਗਲਾ 19 ਸੀ ਹੋਰ ਇੱਕ ਓਵਰ ਇੱਕ ਓਵਰ ਤੇ 19 ਆਏ ਇੱਕ ਓਵਰ ਤੇ 19 ਸਕੋਰ ਹੈ ਲੋਟ ਕਰੇ ਕੋਟ ਤੇ ਬੋਲਰ ਗਣੋ ਬਈ ਸੰਦੀਪ ਇਹ
ਜਲਦੀ ਕਰੋ ਜੀ ਜਲਦੀ ਉੱਪਰ ਕਰਨਾ ਹੈ ਜਲਦੀ ਕਰੋ ਹੁਣ ਇਧਰਲੇ ਪਾਸੇ ਕਦੇ ਬਾਲ ਪੌਂਦੇ ਲਈ ਮੁੰਡਾ ਜਿਹੜਾ ਕਦੇ ਤਿਆਰ ਹੋ ਤਿਆਰ ਆ ਸਾਹਮਣੇ ਕਦੇ ਤਲਵੰਡੀ ਦੀ ਧਰਤੀ ਦਾ ਕਦੇ ਖੋਪੀਆ ਜਿਹੜੀ ਉਹਦੇ ਵੱਲੇ ਤੇ ਆ ਗਈ ਉੱਤੇ ਟੱਪੂ ਸਿਰ ਦੇ ਤੋਰੀ ਲਾਓ ਸਾਹਮਣੇ ਵਾਰ ਪੈਂਦੀ ਆ ਤੇ ਗੋਪੀ ਚਾਰ ਸਿੱਕੇ ਰਹਿ ਗਏ ਘਰ ਦੀ ਘਰ ਦੀ ਕਿਤੇ ਨੀ ਸੱਚ ਮੰਨਿਓ ਅਮਰੀਕਾ ਵਿੱਚ ਹੋਣੇ ਨੀ ਕੰਮ ਗਾਂਧੀ ਹੋਰੀ ਕਰਗੇ ਜੋ ਖੰਨੇ ਹੋ ਜੰਗਲਾਂ ਦੇ ਤਖ਼ਤ ਨੀ ਡਾਂਡੇ ਪਲਟੇ ਘੇਰ ਕਿਉਂ ਗਿੱਦੜਾ ਰੇਡਾਰ ਨੂੰ ਮਰੇ ਬੰਦੇ ਨੇ ਲਿਖੇ ਚੁੜੜਾ ਨਿਕਲੇ ਕੀ ਅੱਗ ਲਾਉਣਾ ਇਸੇ ਹਥਿਆਰ ਨੂੰ ਲਾਓ ਸਾਹਮਣੇ ਤਲਵੰਡੀ ਦੀ ਧਰਤੀ ਦਾ ਕਿਤੇ ਗੋਪੀ ਇਧਰਲੇ ਪਾਸੇ ਬੰਦਰ ਆਰਮੀ ਵਾਲਾ ਕੰਮ ਕਰਨ ਨੂੰ ਫਿਰਦਾ ਕੱਲੇ ਕਿਹੜੇ ਗੱਲ ਟਿਕਾਣੇ ਲਾਉਣ ਨੂੰ ਫਿਰਦਾ ਇਧਰਲੇ ਪਾਸੇ ਕੋਈ ਨਾ ਗੋਪੀ ਬਹੁਤ ਸਹੀ ਸੀ ਸਰੀਰ ਹੀ ਪਾ ਗਿਆ ਸਰਦੁਲ ਗੜੀਆ ਬੁੜਾ ਤੜਾ ਕੇ ਮੋਟਾ ਚਾਰ ਸਿੱਕੇ ਰਹਿ ਗਏ ਤੇਰੇ ਮਾਰਿਆ ਬਸ ਕਿੰਨੇ ਨਰ ਗਏ ਗਾਣੇ ਸ਼ਾਵਾ ਸ਼ਾਵਾ ਤਿੰਨ ਰਹਿ ਗਏ ਲਾਓ ਸਾਹਮਣੇ ਰੜਕੇ ਨੇ ਫੇਰ ਛੇ ਰੋਟੇ ਲਈ ਸਰਦੂਲ ਗੜੀਆ ਇਹਦੇ ਤੜਕੇ ਦੇ ਨੇ ਪਿਛਲੇ ਬੈਚਾਂ ਦੇ ਡਕਾਰੀ ਤੋੜਿਆ ਸਾਰੀ ਕੋ ਬਗਲਾਟ ਹੁਣ ਤੇਰੇ ਤੇ ਕੱਢਣ ਨੂੰ ਫਿਰਦਾ ਇਹਦੇ ਤੜਕੇ ਦੇ ਨੇ ਡਕਾਰੀ ਤੋੜਿਆ ਪਰ ਹੁਣ ਸਾਰੀ ਕੋ ਬਗਲਾਟ ਇਹ ਤੇਰੇ ਤੇ ਕੱਢਣ ਨੂੰ ਫਿਰਦਾ ਵੇਖ ਲੈ ਇਧਰਲੇ ਪਾਸੇ ਵਾਰ ਪਾਉਂਦੇ ਨੇ ਗੱਲ ਤਿਆਰ ਜਿਹੜਾ ਕੰਮ ਇਹਨੇ ਪਿਛਲੇ 15 ਓਵਰ ਚ ਨਹੀਂ ਕੀਤਾ ਤੇ ਹੁਣ ਛੱਡਕੇ ਦਾ ਮੁੰਡਾ ਬਾਹਰ ਕਰੇ ਫੇਰ ਸਾਹਮਣੇ ਗਲੀ ਵੈਲ ਪਾਉਂਦੇ ਲਈ ਨਵੀਆਂ ਫੇਰ ਕਦੇ ਤਿਆਰ ਆ ਸਾਹਮਣੇ ਕਦੇ ਗੋਪੀ ਤਲਵੰਡੀ ਦਾ ਇਹਦੇ ਸ਼ੋਟ ਦੇ ਨਾਲ ਇਧਰਲੇ ਪਾਸੇ ਰਣ ਕਦੇ ਚਾਰ ਜੁੜ ਗਿਆ ਆਪਣੇ ਟੀਮ ਦੇ ਓਵਰ ਸਮਾਪਤ ਆ ਦੋਵਾਂ ਦਵਾਰ ਕਿੰਨੀਆਂ ਜੀ ਦੋਵਾਂ ਕਿੰਨੇ ਆ ਜੀ 50 ਹੋ ਗਏ ਸੰਤਾਲੀ ਠੀਕ ਹੈ ਤੇਰੇ ਰਾਂ ਰਹਿ ਗਏ ਹੁਣ ਉਹਨੇ ਮਾਰ ਦਿੱਤੇ 47 ਆ ਜੀ ਦੋ ਓਵਰ ਤੇ 47 ਆਏ ਦੋ ਓਵਰ ਉਹ ਵੱਧ ਹੋਣਗੇ ਰਾਂ ਨੇ ਖੇਡੀ ਪਛਤਾਈ ਨਾ ਬਾਅਦ ਚ ਵੀ ਐਂ ਕਰਨਾ ਸੀ ਬਹੁਤ 47 ਆ ਜੀ 47 ਖੁੱਲ ਕੇ
ਓਏ ਯਾਰ ਨਾਲ ਵੀਰੇ ਗਾਣੇ ਚੱਲ ਰਹੇ ਸੀ ਤਾਂ ਬੰਦ ਕਰ ਰੱਖੀ ਆਵਾਜ਼ ਗਾਣੇ ਕਰਕੇ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਵਾਜ਼ ਬੰਦ ਸੀ ਹੋਰੀਆਂ ਰੀਤੀਆਂ ਦਾ ਸ਼ੁਕਰਾਨਾ ਸਦਾ ਕਰੀਦਾ ਸੁਖੀ ਲੋਕੋ ਪਤਾ ਕਰੇ ਪਤਾ ਨੀ ਅੱਗੇ ਜਿਹੜਾ ਵਿੱਚੋ ਵਿੱਚ ਬੈਠਾ ਆ ਭੋਲੀ ਰਾਵੇ ਜ਼ਹਿਰ ਛੱਡੀ ਦਾ ਦਿਲ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਫਿਰ ਆਓ ਛੱਡੀ ਦੇ ਨੀ ਪੈਰ ਜੇ ਮਿਲ ਜੇ ਤਰੱਕੀ ਫਿਰ ਛੱਡੀ ਦੇ ਨੀ ਪੈਰ ਹਰ ਕਦੇ ਚਾਰ ਆਪਣੀ ਟੀਮ ਦੇ ਨੇ ਕਦੇ ਮੁੰਡਾ ਖੇਡਦੇ ਮੈਦਾਨ ਦੇ ਵਿੱਚ ਕਿਤੇ ਜੁੜਦਾ ਮੇਰੇ ਮਿੱਤਰੋ ਤਲਵੰਡੀ ਉਹਦੀ ਕਿਤੇ ਵਾਰ ਪੈਂਦੀ ਹੈ ਸਾਹਮਣੇ ਕਹਿੰਦੇ ਹੈਪੀ ਮੀਰਪੁਰ ਕਲਾਣੀ ਕਦੇ ਧਰਤੀ ਦਾ ਜਿਹੜਾ ਕਦੇ ਤਿਆਰ ਆਏ ਲਾਓ ਸਾਹਮਣੇ ਵਿਕਟ ਜਿਹੜੀ ਆਊਟ ਹੋ ਕੇ ਵਾਪਸ ਆਏ ਮੀਰਪੁਰੀਆ ਹੈਪੀ ਕਰੇ ਆਊਟ ਹੋ ਕੇ ਵਾਪਸ ਚਲਾ ਗਿਆ ਵੱਡੀ ਵਿਕਟ ਜਿਹੜੀ ਕਰੇ ਆਊਟ ਹੋਈ ਇੱਕ ਆ ਗਿਆ ਮੁੰਡਾ ਕਰੇ ਸੰਧੂਆਂ ਦਾ ਖੇਡ ਦੇ ਮੈਦਾਨ ਦੇ ਵਿੱਚ ਕਰੇ ਤਿਆਰ ਹੋ ਤਿਆਰ ਅਗਲੀ ਮੈਚ ਚੱਲੀਆਂ ਜਿਵੇਂ ਟਾਸ ਕਰ ਲਓ ਵੀਰੇ ਸੱਤਰ ਝੰਡਾ ਚੱਲ ਕੋਲ ਤੇ ਨਾਲ ਟੀਮਾਂ ਜਿਹੜੀਆਂ ਟਾਸ ਕਰ ਲੈਣ ਮੇਰੀ ਬੇਨਤੀ ਹੈ ਨਾਲ ਸਾਹਮਣੇ ਕਿਹੜੇ ਵਾਲ ਪਾਉਂਦੇ ਨੇ ਮੁੰਡਾ ਕਿਹੜੇ ਖੱਤੇ ਪਰਿਵਾਰ ਦਾ ਸੁਖਣ ਫੇਰ ਕਿਹੜੇ ਕਿਹੋ ਨੂੰ ਵਧਾ ਨਹੀਂ ਗਿਆ ਹਰ ਤਿਆਰੀ ਹੋਈ ਨੋਈਆਂ ਦਾ ਇਧਰਲੇ ਪਾਸੇ ਕਿਹੜੇ ਖੇਡਿਆ ਸ਼ਾਊਟ ਸੀਕੂ ਕਿਹੜੇ ਤਲਵੰਡੀ ਦਾ ਇਹ ਅਕਵਾਲ ਨੂੰ ਫੀਲਡ ਕਰਦਾ ਇੱਕ ਸਕੋਰ ਜਿਹੜਾ ਕਹਿੰਦੇ ਕੰਪਲੀਟ ਕੀਤਾ ਮੁੰਡਿਆਂ ਨੇ ਗੋਲ ਦੀ ਕਹਿੰਦੇ ਸਰਦੂਲ ਗੜੀਆ ਉਧਰਲੇ ਪਾਸੇ ਕਹਿੰਦੇ ਤਿਆਰ ਹੋ ਤਿਆਰ ਆ ਕਦੇ ਦਵਾਨਗਰ ਕੈਂਪਰ ਦਾ ਗੋਲਡੀ ਜਿਹਨੂੰ ਈਗਲ ਕੇ ਆ ਗਿਆ ਖੇਡ ਕਾ ਸਕੋਰਾ ਹੁਣ ਖਿਤਾਬ ਦਿੱਤੇ ਗਏ ਇਧਰਲੇ ਪਾਸੇ ਵੈਂਕਟ ਸਲੋਰ ਪਾਉਂਦੀ ਕਿਹੜੇ ਕੋਸ਼ਿਸ਼ ਕੀਤੀ ਗਈ ਹੈ ਪਰ ਛੇ ਸਕੋਰ ਦਾ ਕਹਿੰਦੇ ਵਾਧਾ ਜਿਹੜਾ ਕਹਿੰਦੇ ਖੇਡ ਰਹੇ ਮੈਦਾਨ ਦੇ ਵਿੱਚ ਕਹਿੰਦੇ ਹੋਇਆ ਦੱਸੋ ਨੀ ਸਕੋਰ ਕਿੰਨੇ ਸਕੋਰ ਆਏ ਮੈਂ ਤੈਨੂੰ ਕਦੇ ਕਿਹਾ ਬਾਬੂ ਲਾਓ ਸਾਹਮਣੇ ਦੇ ਪਾਸੇ ਕਿਹੜੇ ਰਿੰਕ ਆ ਗਿਆ ਨਵੀਆਂ ਤੋਂ ਸਟ੍ਰਾਈਕ ਰਿਪਰ ਪਰ ਪਹਿਲੀ ਵਾਰ ਕਿਹੜੇ ਸ਼ਿਪੂ ਨੇ ਬੜੇ ਟੋਪਰੀ ਖੇਡ ਮੈਦਾਨ ਦੇ ਵਿੱਚ ਜਿਹਦੇ ਕਿਹੜੀ ਭਾਰਤੀ ਆ ਮੇਰੇ ਕਿਹਾ ਵੱਡੀਆਂ ਇੱਕਾਂ ਦੀ ਲੋੜ ਆ ਨਵੀਆਂ ਦਾ ਫੇਰ ਕਿਹੜੇ ਤਿਆਰ ਹੋ ਤਿਆਰ ਵਾਲੇ ਵੀ ਬਾਬੂ ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਪੈਰ ਉੱਪਰ ਰਹੇ ਆ ਦਿੱਤਾ ਰਾਣਾ ਚਾਹੇ ਲਾਈਵਲ ਦੇ ਵਜੇ ਤੇ ਕੁਰਸੀ ਦੇ ਵਜੇ ਤੇ ਕੰਧ ਤੇ ਵਜੇ ਬੈਕ ਸਾਈਡ ਤੇ ਦੋ ਸਕੋਰ ਇੱਥੇ ਰਹਿਣਗੇ ਕੁਲਵਿੰਦਰ ਸਿੰਘ ਟਕਲਾ ਤਲਵੰਡੀ ਦਾ ਵਾਲ ਨੂੰ ਕਿਹੜੇ ਅਪਣ ਕਰ ਗਿਆ ਮੇਰੇ ਮਿੱਤਰ ਇੱਕ ਸਕੋਰ ਜਿਹੜਾ ਕਿਹੜੇ ਜੁੜ ਚੁੱਕਿਆ ਗੋਲਡ ਆ ਗਿਆ ਸਾਹਮਣੇ ਇਧਰਲੇ ਪਾਸੇ ਮੇਰੇ ਮਿੱਤਰੋ ਵੀ ਮੇਲਾ ਮੇਲੀਆਂ ਦਾ ਯਾਰ ਬੇਲੀਆਂ ਦਾ ਰਾਜਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਰੜਾਪਾ ਵੀ ਸਾਰਿਆਂ ਨੇ ਤੁਰ ਜਾਣਾ ਕੁੰਡਾ ਮਾਰ ਕੇ ਨਾਲ ਬੇਲੀਆਂ ਦਾ ਮੇਲਾ ਮੇਲੀਆਂ ਦਾ ਯਾਰ ਬੇਲੀਆਂ ਦਾ ਹੈ ਕੀ ਹੋ ਗਿਆ ਦੋਸਤੋ
ਫੇਰ ਮੇਰੇ ਪਿਆਰਾ ਮੇਰੇ ਮਿੱਤਰੋ ਸਮਾਪਤੀ ਦੇ ਵੱਲ ਚਲਾ ਗਿਆ ਦੱਸੋ ਜੀ ਕਿੰਨੇ ਸਕੋਰ ਜਿਹੜਾ ਪਿੱਛੇ ਜਿਹਾ ਸੀ ਛੱਕਾ ਸੀਗਾ ਚੌਕਾ ਸੀ ਬਾਈ 35 ਸਕੋਰ ਆ ਜੀ 35 ਬਸ ਚਾਰ ਲਾ ਦੇ ਅਗਲੇ ਮੈਚ ਵਾਲੀਆਂ ਟੀਮਾਂ ਜਿਹੜੀਆਂ ਉਹ ਨੇੜੇ ਆ ਰਹਾ ਤੇਰੀਆਂ ਟੀਮਾਂ ਰੱਖ ਇਸ ਤੋਂ ਅਗਲਾ ਮੈਚ ਖੇਡਣ ਵਾਲਾ ਹੈ ਉਹ ਟੀਮਾਂ ਨੇੜੇ ਆ ਰਹਾ ਰਿਕੁਐਸਟ ਹੈ ਲਗਭਗ ਮੈਚ ਤਲਵੰਡੀ ਦੇ ਪੱਖ ਦੇ ਵਿੱਚ ਜਿਹੜਾ ਕਿ ਚਲਾ ਗਿਆ ਹੈ ਸਾਰੇ ਦਾ ਸਾਰਾ ਅਗਲਾ ਬੱਲੇਬਾਜ਼ ਬਾਬੂ ਆ ਭੱਜ ਕੇ ਵੀਰੇ ਜਲਦੀ ਨਾਲ ਕਮੈਂਟ ਕਰ ਦੇ।